ਤੁਸੀਂ ਦੇਖ ਰਹੇ ਹੋ ਜਾਂਜਰ ਟੈਨਾਰੀ ਨਿਊਜ਼ ਬਲਟਨ ਲੋਪੇਸ਼ ਨੇ ਕੁਝ ਖਬਰਾਂ ਸਪੋਰਟਸ ਵਰਲਡ ਤੋਂ ਏਸ਼ੀਅਨ ਪੈਰਾ ਗੇਮਸ 2023 ਲਈ ਜਾਨ ਵਾਲੇ ਬੋਸ਼ਿਆ ਖਿਡਾਰੀਆਂ ਲਈ ਨੈਸ਼ਨਲ ਟ੍ਰੇਨਿੰਗ ਕੈਂਪ ਸ਼ੁਰੂ ਏਸ਼ੀਅਨ ਪੈਰਾ ਗੇਮਸ 2023 ਜੋ 20 ਤੋਂ 28 ਅਕਤੂਬਰ 2023 ਤੱਕ ਹੋਂਗ ਜ਼ੋ ਚੀਨ ਵਿੱਚ ਹੋਣ ਜਾ ਰਹੀਆਂ ਹਨ ਦੇ ਲਈ ਭਾਰਤ ਦੇ ਬੋਸ਼ਿਆ ਖਿਡਾਰੀਆਂ ਲਈ ਬੋਸ਼ਿਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ 5 ਅਕਤੂਬਰ ਤੱਕ ਦਿੱਲੀ ਵਿਖੇ ਨੈਸ਼ਨਲ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਫੈਡਰੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਾਲੀਵਾਲ ਅਤੇ ਮੀਡੀਆ ਇੰਚਾਰਜ प्रमोद ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਸ਼ੀਅਨ ਪੈਰਾ ਖੇਡਾਂ ਦੇ ਲਈ ਬੋਸ਼ਿਆ ਖਿਡਾਰੀਆਂ ਦੀ ਚੋਣ ਸਿਲੈਕਸ਼ਨ ਟ੍ਰਾਇਲ ਦੇ ਆਧਾਰ ਤੇ ਕੀਤੀ ਗਈ ਹੈ ਜੋ ਕਿ ਭਾਰਤ ਦੀ ਪ੍ਰਤੀਨਿਧਤਾ ਕਰਨਗੇ ਇਸ ਕੈਂਪ ਵਿੱਚ ਟ੍ਰੇਨਿੰਗ ਦੇਣ ਦੇ ਲਈ ਕੋਰੀਆ ਤੋਂ ਇੰਟਰਨੈਸ਼ਨਲ ਕੋਚ ਚਿਲੀ ਯੋਨ ਕਵੋਨ ਪਹੁੰਚੇ ਹੋਏ ਹਨ ਜੋ ਖਿਡਾਰੀਆਂ ਨੂੰ ਬੋਸ਼ਿਆ ਖੇਡ ਦੀਆਂ ਬਰੀਕੀਆਂ ਬਾਰੇ ਸਿਖਾ ਰਹੇ ਹਨ ਵਾਦਦੇ ਹਾਂ ਅਗਲੀ ਖਬਰ ਵੱਲ ਸੈਕਿੰਡ ODI ਆਸਟ੍ਰੇਲੀਆ ਖਿਲਾਫ ਭਾਰਤ ਨੇ ਬਣਾਇਆ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ 99 ਦੌੜਾਂ ਨਾਲ ਜਿੱਤ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾਇਆ ਇਹ ਮੈਚ ਇੰਦੌਰ ਵਿੱਚ ਖੇਡਿਆ ਗਿਆ ਜਿਸ ਵਿੱਚ ਭਾਰਤੀ ਟੀਮ ਨੇ ਨਾ ਸਿਰਫ ਜਿੱਤ ਦਰਜ ਕੀਤੀ ਸਗੋਂ ਸੀਰੀਜ਼ ਤੇ ਵੀ 2-0 ਦੇ ਨਾਲ ਕਬਜ਼ਾ ਕਰ ਲਿਆ ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 5 ਵਿਕਟਾਂ ਤੇ 399 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਮੀ ਨੇ ਮੈਚ ਵਿੱਚ ਵਿਗਨ ਪਾਇਆ ਤੇ ਫਿਰ ਆਸਟ੍ਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਦਾ ਟੀਚਾ ਮਿਲਿਆ ਇਸ ਦੇ ਜਵਾਬ ਵਿੱਚ ਕੰਗਾਰੂ ਟੀਮ 217 ਦੌੜਾਂ ਤੇ ਢੇਰ ਹੋ ਗਈ ਤੇ ਮੈਚ ਦੇ ਨਾਲ-ਨਾਲ ਸੀਰੀਜ਼ ਵੀ ਗਵਾ ਬੈਠੀ ਮੈਚ ਵਿੱਚ ਇੱਕ ਸ਼ਾਨਦਾਰ ਰਿਕਾਰਡ ਬਣਿਆ ਇਹ ਹੈ ਆਸਟ੍ਰੇਲੀਆ ਦੇ ਖਿਲਾਫ ਵਨ ਡੇ ਕ੍ਰਿਕਟ ਵਿੱਚ ਭਾਰਤੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ ਟੀਮ ਨੇ 5 ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ ਨਵਾਂ updates ਹਨ ਅਗਲੀ ਖਬਰ ਵੱਲ ਇਸੇ ਹੀ ਖੇਡਾਂ ਦਾ ਪਹਿਲਾ ਦਿਨ ਭਾਰਤ ਨੇ 3 ਚਾਂਦੀ ਸਮੇਤ 5 ਤਮਗੇ ਜਿੱਤੇ ਭਾਰਤੀ ਨਿਸ਼ਾਨੇਬਾਜ਼ਾਂ ਨੇ এਸ਼ੀਆਈ ਖੇਡਾਂ ਵਿੱਚ ਚੰਗੀ ਸ਼ੁਰੂਆਤ ਕਰਦੇ ਹੋਏ ਐਤਵਾਰ ਨੂੰ ਮਹਿਲਾਮਾਂ ਦੀ 10 ਮੀਟਰ 에ਅਰ ਰਾਈਫਲ ਪ੍ਰਤੀਯੋਗਤਾ ਵਿੱਚ ਚਾਂਦੀ ਤਮਗਾ ਜਿੱਤ ਲਿਆ ਜਦਕਿ ਰਮਿਤਾ ਜੰਦਲ ਨੂੰ ਵਿਅਕਤੀਗਤ ਪ੍ਰਤੀਯੋਗਤਾ ਵਿੱਚ ਕਾਂਸੀ ਤਮਗਾ ਮਿਲਿਆ ਤਜਰਬੇਕਾਰ ਮਿਹੁਲੀ ਕੋਸ਼ ਰਮਿਤਾ ਜੰਦਲ ਅਤੇ ਆਸ਼ੀ ਚੌਕਸੀ ਦੀ ਟਿਕੜੀ ਨੇ 1886 ਅੰਕ ਹਾਸਲ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਚੀਨ ਨੇ 1896.6 ਅੰਕ ਨਾਲ ਨਵਾਂ ਇਹ ਸ਼ੇਰ ਕੋੜ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ ਉੱਥੇ ਹੀ ਜੂਨੀਅਰ ਵਿਸ਼ਵ ਚੈਂਪੀਅਨ ਰਮਿਤਾ ਨੇ 8 ਨਿਸ਼ਾਨੇ ਬਾਜ਼ਾਂ ਦੇ ਫਾਈਨਲ ਵਿੱਚ 230.1 ਸਕੋਰ ਕਰਕੇ ਵਿਅਕਤੀਗਤ ਪ੍ਰਤੀਯੋਗਤਾ ਦਾ ਕਾਂਸੀ ਤਮਗਾ ਵੀ ਜਿੱਤਿਆ ਭਾਰਤੀ ਕਿਸ਼ਤੀ ਚਾਲਕਾ ਨੇ ਇਹ ਸ਼ੇਰ ਖੇਡਾਂ ਵਿੱਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦੋ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ ਸਵੇਰੇ ਅਰਜੁਨ ਲਾਲ ਜਾਟ ਤੇ ਅਰਵਿੰਦ ਨੇ ਪੁਰਸ਼ ਲਾਈਟ ਵੇਟ ਡਬਲ ਸਕਰਲਸ ਪ੍ਰਤੀਯੋਗਤਾ ਵਿੱਚ ਚਾਂਦੀ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ